ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਸੰਘ ਢੇਸੀਆਂ ਵਿਖੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਦਿਨ ਦਿਹਾੜੇ ਇੱਕ ਔਰਤ ਪਾਸੋਂ ਪਰਸ ਖੋਹ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੰਘ ਢੇਸੀਆਂ ਨੇ ਦੱਸਿਆ ਕਿ ਉਹ ਅਤੇ ਉਸ ਦੀ ਮਾਤਾ ਸੰਦੀਪ ਕੌਰ ਸ਼ਾਮ 5 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਸੂਰਜਾ ਵੱਲੋਂ ਆਪਣੇ ਘਰ ਸੰਘ ਢੇਸੀਆਂ ਵੱਲ ਨੂੰ ਆ ਰਹੇ ਸਨ। ਜਦ ਉਹ ਸੰਘ ਢੇਸੀਆਂ ਦੇ ਸ਼ਮਸ਼ਾਨ ਘਾਟ ਨਜ਼ਦੀਕ ਪੁੱਜੇ ਤਾਂ ਪਿੰਡ ਸੂਰਜਾ ਵੱਲੋਂ ਆਏ ਮੋਟਰਸਾਈਕਲ ਸਵਾਰ ਦੋ ਲੁਟੇਰੇ ਉਸ ਦੀ ਮਾਤਾ ਪਾਸੋਂ ਪਰਸ ਖੋਹ ਕੇ ਫਰਾਰ ਹੋ ਗਏ। ਇਸ ਖਿੱਚੋਤਾਣ ਦੌਰਾਨ ਉਸ ਦੀ ਮਾਤਾ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਏ, ਜਿਸ ਦੌਰਾਨ ਉਸਦੇ ਕੁਝ ਸੱਟਾਂ ਵੀ ਲੱਗੀਆਂ। ਉਸਨੇ ਦੱਸਿਆ ਕਿ ਪਰਸ ਵਿੱਚ ਨਕਦੀ, ਕੁਝ ਜ਼ਰੂਰੀ ਕਾਗਜ਼ਾਤ ਅਤੇ ਮੋਬਾਈਲ ਫੋਨ ਸੀ। ਇਸ ਸੰਬੰਧੀ ਉਹਨਾਂ ਥਾਣਾ ਗੁਰਾਇਆ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਸੂਰਜਾ ਤਾਂ ਹੁੰਦੇ ਸੀਗੇ ਅਤੇ ਜਦੋਂ ਸ਼ਮਸ਼ਾਨਘਾਟ ਪਿੰਡ ਦੇ ਪਹੁੰਚਿਆ ਉਹ ਦੌੜ ਸਾਈਡ ਤੋਂ ਆਇਆ, ਉਹਨਾਂ ਨੇ ਤਾਂ ਮੰਮੀ ਤੋਂ ਪਾਸ ਖਿੱਚ ਲਿਆ, ਮੰਮੀ ਡਿੱਗ ਗਿਆ ਅਤੇ ਮੈਂ ਮੰਮੀ ਚੱਕਣ ਲੱਗਾ, ਮੰਮੀ ਕਹਿੰਦੀ ਤੂੰ ਮਗਰ ਹੋ ਜਾ, ਅਤੇ ਮੈਂ ਮਗਰ ਹੋਇਆ ਮਤਲਬ ਲੰਘ ਗਏ ਸੀਗੇ, ਉਹ ਮੈਂ ਗਲਤ ਰਾਹ ਨੂੰ ਪੈ ਗਿਆ ਉਹ ਅਤੇ ਨਿਕਲ ਗਿਆ। ਕਿੰਨੇ ਜਣੇ ਸੀਗੇ? ਦੋ ਜਣੇ ਸੀਗੇ, ਦੋਹਾਂ ਨੇ ਮੂਹਰੇ ਪਿੱਟੇ ਸੀਗੇ। ਸਪਲੈਂਡਰ ਮੋਟਰਸਾਈਕਲ ਸੀਗਾ ਸਿਲਵਰ ਕਲਰ ਦਾ, ਤਿੰਨ ਪੱਖਿਆਂ ਵਾਲਾ ਆ, ਮੂਹਰੇ ਡਿਜ਼ਾਇਨ ਜਿਹਾ ਬਣੇ ਆ ਉਹਦੇ, ਹੈਗੇ ਵਿੱਚ ਕੀ ਕਿੰਨਾ ਪੈਸੇ ਕਿੰਨੇ ਸੀਗੇ? 6,000 ਦੇ ਕਰੀਬ ਸੀਗਾ। ਇੱਕ ਮੇਰੀ ਚੈੱਕ ਬੁੱਕ ਸੀਗੀ ਵਿੱਚ, ਨਾਲ ਬੈਂਕ ਦੀ ਕਾਪੀ ਆ, ਅਤੇ 3 ਪੈਨ ਕਾਰਡ ਸੀਗੇ, ਮੰਮੀ ਡੈਡੀ ਦਾ ਅਤੇ ਭੈਣ ਦਾ ਸੀਗਾ। ਮੰਮੀ ਦਾ ਕੀ ਨਾਮ ਤੁਹਾਡੀ ਦਾ? ਸੰਦੀਪ ਕੌਰ। ਅਤੇ ਡੈਡੀ ਦਾ ਨਾਮ ਕੀ ਆ? ਕਸ਼ਮੀਰ ਸਿੰਘ ਹੈ। ਤੁਸੀਂ ਆਏ ਕਿੱਥੋਂ ਸੀਗੇ? ਅਸੀਂ ਜਲੰਧਰ ਤੋਂ ਹੁੰਦੇ ਸੀਗੇ ਜੀ, ਅਤੇ ਜਾਣੀ ਕਿ ਇਹ ਕੰਮ ਸਾਡੇ ਪਿੰਡੇ ਹੋਇਆ ਜੀ ਆ ਕੇ। ਹਥਿਆਰ ਵਗੈਰਾ ਸੀਗਾ? ਹਾਂਜੀ ਹਾਂਜੀ, ਸੀਸੀਟੀਵੀ ਲਿਆ ਜੀ ਜਦੋਂ ਮਿਲ ਗਏ ਸਾਲੇ ਸ਼ਾਂਗਣੇ।